ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਪ੍ਰਦੀਪ, ਤੁਸੀਂ ਦੇਖ ਰਹੇ ਹੋ ਪ੍ਰਦੀਪ ਵਲੌਗ। ਤੁਸੀਂ ਦੇਖ ਲਓ ਅੱਜ ਮੈਂ ਗੋਲ ਪਰਨਾ ਬੰਨਿਆ, ਅੱਜ ਹੀ ਚੱਲੇ ਜੀ ਫਤਿਹਗੜ੍ਹ ਸਾਹਿਬ। ਸੇਮ ਮੇਰੀ ਇੰਟਰੋ ਦਿੱਤੀ ਆ ਤੂੰ, ਗੋਲ ਪਰਨਾ ਬੰਨਿਆ ਅਤੇ ਅਸੀਂ ਚੱਲੇ ਜੀ ਫਤਿਹਗੜ੍ਹ ਸਾਹਿਬ। ਅਸੀਂ ਜਾਵਾਂਗੇ ਮੋਟਰਸਾਈਕਲਾਂ 'ਤੇ, ਮਤਲਬ ਕਿ ਬੁਲਟ, ਦੋ ਸਾਡੇ ਕੋਲ ਬੁਲਟ ਨੇ, ਬਾਕੀ ਮੋਟਰਸਾਈਕਲ ਜਿਹੜੇ ਅਸੀਂ ਰਹੇ ਹੁੰਦੇ ਹਾਂ, ਮਤਲਬ ਸਾਰੀ ਮੈਂ ਲੈ ਕੇ ਚੁੱਪ ਚੁੱਪ ਹੋਣੀ ਸਾਰੀ, ਅਤੇ ਬਾਕੀ ਹੁਣ ਉਹਨਾਂ ਦੀ ਆਉਣ ਦੀ ਵੇਟ ਕਰਦਾ, ਬਾਕੀ ਧੁੰਦ ਬਹੁਤ ਆ। ਚਲੋ ਦੇਖਦੇ ਹਾਂ ਕੀ ਕਰਨਾ। ਬਾਕੀ ਬਾਜ ਲੈ ਕੇ ਚਾਹੀਦਾ ਸੀਗਾ, ਕੋਈ ਸੈੱਟ ਭਾਨ ਸ਼ਾਨ ਸਾਹਿਬ ਹੀ ਲੈਂਦਾ ਜਿਹੜਾ ਕਿ ਪਿਛਲੇ ਸਾਲ ਦਾ ਹੀ ਆ। ਇੱਧਰ ਖਾਸੇ ਖੰਡਾ ਵੀ ਦਿਖਾਉਣਾ ਤੈਨੂੰ, ਆ ਦੇਖੋ ਮੋਟਰਾਂ ਤੇ ਲਾਉਣਾ। ਬਾਕੀ ਤੁਹਾਡੇ ਕੋਲ ਹੈਗੇ ਨੇ? ਜੋਰੇ ਬਹੁਤ ਮਾਰਨ ਲੱਗਾ, ਮੈਂ ਤਾਂ ਕਹਿਣ ਲੱਗਾ ਸੀ ਜਾਲ ਵਾਲੀ ਤਾਰ ਨੀ ਹੈਗੀ, ਮੈਂ ਬੰਨਿਆ ਸਰਲਾ ਠੀਕ ਆ। ਬਾਹਲੀ ਦੂਰੋਂ ਵੀ ਨਾ ਗਰੀਬ ਕਿਤੇ ਖੋਲੇ ਜਾਵੇ। ਮੜਗਾੜ ਵੀ ਮੁੱਚ ਗਿਆ ਪਤਾ ਕੀ ਆ, ਉਹ ਬੱਕਰੀਆਂ ਜਿੰਨੀ ਡਿਸਕ ਸਾਰੀ ਲਾ ਤੀ ਨਾ, ਆਪਣਾ ਜਿਹੜਾ ਮੜਗਾੜ ਆ ਉਹ ਬਹੁਤ ਛੋਟਾ, ਉਹਦੇ ਕਰਕੇ ਹਲਕਾ ਯਾਰ ਕੰਮ ਖਰਾਬ ਨੀ ਹੋਇਆ ਨਾ। ਉਹ ਬਈ ਔਖੀ ਸੌਖੀ ਉਹ ਜਿੰਨੀ ਕੁ ਹੋਈ ਸੈੱਟ ਕਰਤੀ ਉਹ ਬਸ ਮਾਡਲ ਨੇ, ਦੇਖ ਲਾ ਲੈ ਇਹਦੇ ਵੀ ਬੰਨੋ ਪਰਨਾ ਹੁਣ। ਚਲੋ ਓਕੇ ਆ, ਚਲਾਇਆ ਬਸ ਫਿਰ ਮਾਰੋ। ਚਲੋ ਜੀ ਫਿਲਹਾਲ ਅਸੀਂ ਤਿਆਰ ਹਾਂ, ਆਹ ਵੀ ਤਿੰਨ, ਇੱਕ ਮੋਟਰ ਨਾਲ, ਦੂਜਾ ਮੋਟਰ ਨਾਲ, ਤੀਜਾ ਮੋਟਰ ਨਾਲ, ਚੌਥਾ ਮੋਟਰ, ਚਾਰ ਮੋਟਰ ਨਾਲ ਤੇ ਅਸੀਂ ਬੰਦੇ ਜੀ ਗਿਣੇ ਨੇ, ਇਹ ਮੋਟਰਾਂ ਨੇ ਗਿਣੇ ਨੇ, ਮੈਂ ਲਾਜ ਕਰਾਂ ਚਲੋ। ਬਾਕੀ ਤੁਸੀਂ ਅੱਜ ਧੁੰਦ ਦੇਖੋ ਕਿੰਨੀ ਜ਼ਿਆਦਾ ਸੀ ਰਾਤ, ਤੇ ਵੈਸੇ ਬਹੁਤ ਧੁੰਦ ਹੋਗੀ, ਐਸਟੀਮੇਟ ਲਾ ਲਿਆ ਸੀ। ਚਲੋ ਸਾਡੇ ਬੰਦੇ ਗਾਹ ਨਾ ਕੇ ਵੀਡੀਓ ਚੱਕਰ ਪਿੱਛੇ ਰਹਿ ਗਿਆ। ਤੁਸੀਂ ਮੇਰੀ ਹਾਲਤ ਦੇਖ ਸਕਦੇ ਹੋ,
ਪਰ ਨਾ ਬੰਦ ਨੇ ਬਾਕੀ ਆਪਣਾ ਤਾਂ ਪਿਛਲੇ ਸਾਲ ਵਾਲਾ ਤਾਂ ਮੇਰਾ ਸਾਂਭਿਆ ਹੋਇਆ ਸੀ ਉਹੀ ਦੁਬਾਰਾ ਲਾ ਲਿਆ ਤੇ ਜਿਹਨਾਂ ਨੇ ਮੋਟਰਾਂ ਨਹੀਂ ਹੈਗਾ ਉਹ ਲਵਾ ਰਹੇ ਨੇ ਨਿਸ਼ਾਨ ਸਾਹਿਬ ਫਿਰ ਬਲਕਿ ਘੈਂਟ 'ਚ ਲੱਗਾਂਗੇ ਨਾ ਫਿਰ ਜਾਵਾਂਗੇ ਆਪਣਾ ਤਾਂ ਨੀਲੇ ਲੱਗਾ ਅੱਜ ਉੱਪਰ ਮੋਟਰ ਨਾਲ ਬ੍ਰੇਕ ਦੇਖੋ ਲੰਡੇ ਲੋਟ ਨੇ ਮੈਂ ਥੰਬਨੇਲ ਵਗੈਰਾ ਵੀਡੀਓ ਦਾ ਬਣਾ ਲਿਆ ਹੁਣ ਮੈਂ ਹੋ ਗਿਆ ਵਿਹਲਾ ਹੁਣ ਟੁੱਟਣ ਵੇਲੇ ਕੰਪਿਊਟਰਾਂ ਦਾ ਘੱਟੇ ਚਲਾਉਣਾ ਆਉਂਦਾ ਆਪਾਂ ਹੀ ਚਲਾਉਂਦੇ ਹੁਣ ਬੈਕ ਟੂ ਡਰਾਈਵਿੰਗ ਆ ਗਏ ਆਪਾਂ ਕੱਢ ਕੇ ਉੱਪਰ ਮੂਰੇ ਬਾਕੀ ਆਪਣਾ ਫੋਨ ਜਿਹੜਾ ਡਾਊਨ ਹੋ ਗਿਆ 40% ਰਹਿ ਗਿਆ ਹਾਲੇ ਸਟਾਰਟ ਹੀ ਹੋਇਆ ਹੁਣ ਆਪਾਂ ਜਹਾਜ਼ ਲਾ ਕੇ ਚੱਲਾਂਗੇ ਸਾਰੇ ਕਿਤੇ ਬੈਟਰੀ ਘੱਟ ਤੋਂ ਘੱਟ ਫੂਕਣੀ ਆਪਾਂ ਅਤੇ ਬਾਕੀ ਇੱਕ ਚੀਜ਼ ਵਧੀਆ ਹੋ ਗਈ ਦੇਖੋ 11 ਵੱਜ ਗਏ ਅਤੇ 11 ਵਜੇ ਧੁੱਪ ਚੜ੍ਹ ਗਈ ਹੁਣ ਧੁੰਦ ਜੀ ਚੱਕੀ ਜਾਊ ਅਤੇ ਨਾਲੇ ਠੰਡ ਜੀ ਲੱਗੂ ਹੁਣ ਚੜ੍ਹ ਗਏ ਬੜੇ ਰੋਡ 'ਤੇ ਅਤੇ ਫਿਰ ਹੁਣ ਬਾਕੀ ਪਹੁੰਚ ਜਾਵਾਂਗੇ ਮੇਰੇ ਵੀਰੋ ਹਵਾ ਪੈਂਦੀ ਆ ਨਾ ਤਾਂ ਖੁੱਲੀ ਜਾਂਦਾ ਬੰਨਣਾ ਨੀ ਆਇਆ ਚਲੋ ਜੀ ਇੱਥੇ ਮੋਟਰਾਂ ਖੜਾ ਤਾ ਗੇਅਰ ਗੁਰ ਪਾ ਕੇ ਅਤੇ ਲੋਕ ਲਾ ਕੇ ਦੋਨੇ ਬੁਲਟ ਖੜਾ ਤੇ ਦੇਖੋ ਕਿਸੇ ਸਪਲੈਂਡਰ ਖੜੇ ਨੇ ਤੰਨੇ ਉੱਕਣੇ ਮੇਰਾ ਨੰਬਰ ਪਲੇਟ ਵਾਲੇ 4 ਆਹ ਦੇਖੋ ਟਾਇਰ ਟੂਰ ਵੀ ਪਾ ਹੋਏ ਸਰੀਕ ਰਹੇ ਆ ਦੇਖੋ ਬਾਈ ਉਹਨਾਂ ਨੇ ਮੂਹਰੇ ਹੋ ਗਿਆ ਬੇਟਾ ਉਹ ਸੰਗਲ ਟੋਕੇ ਹੋਏ ਆਹ ਦੇਖੋ ਬਾਈ ਹਾਂ ਉਰੇ ਜਿੰਨਾ ਇਕੱਠਾ ਉਨਾ ਹੀ ਪੰਗਾ ਆਪਣਾ ਆਪਾਂ ਨੂੰ ਬਾਈ ਹੁਣੇ ਹੋਰ ਕੀ ਹਾਲ ਆ ਬਾਈ ਵਧੀਆ ਵੀਰੇ ਵਧੀਆ ਠੀਕ ਠਾਕ ਖੇਡਾ ਸਪਲੈਂਡਰ ਵਾਲਾ ਹੈ ਬਾਈ ਉਹਨਾਂ ਨੇ ਸਪਲੈਂਡਰ ਹੀ ਦੇਖੋ ਚੱਬੇ ਕੱਢੇ ਪਏ ਨੇ ਟਾਇਰ ਟੂਰ ਪਾ ਕੇ ਯਾਰ ਇਹਦੇ ਨੰਬਰ ਨੰਬਰ ਪਲੇਟ ਨਹੀਂ ਤੁਹਾਨੂੰ ਪੁਲਿਸ ਨਹੀਂ ਰੋਕਦੀ ਨਾ ਭਰਾ ਪੁਲਿਸ ਆਪ ਦੇ ਘਰ ਦੀ ਉਹ ਆ ਠੀਕ ਠੀਕ ਆ ਚੱਲ ਬਾਕੀ ਘੈਂਟ ਲਾਦਾ ਬਾਈ ਉਹਨਾਂ ਨੇ ਤਾਂ ਆਪ ਹੀ ਲਾਇਆ ਹੋਇਆ ਚੱਲ ਚਲੋ ਓਕੇ ਰਿਪੋਰਟ ਚੱਲੀ ਫਿਰ ਓਕੇ ਵੀਰੇ ਧੰਨਵਾਦ ਬ੍ਰਦਰ ਜਾਣਾ ਹੀ ਆ ਰਾਜ ਬਾਕੀ ਸਾਨੂੰ ਤੀਜਾ ਸਾਲ ਆ ਰਿਹਾ ਲਗਾਤਾਰ ਆਉਂਦਾ ਮਤਲਬ ਕਿ ਊਂ ਤਾਂ ਅਸੀਂ ਆਉਂਦੇ ਰਹਿੰਦੇ ਹਫ਼ਤੇ ਦੋ ਹਫ਼ਤੇ ਬਾਅਦ ਪਰ ਯਾਨੀ ਸਭਾ ਨੂੰ ਸਾਡਾ ਤੀਜਾ ਸਾਲ ਆਏ ਮੋਟਰਸਾਈਕਲਾਂ 'ਤੇ ਆਉਂਦਾ ਬਾਕੀ ਇਕੱਠ ਤਾਂ ਉਰੇ ਬਹੁਤ ਅੱਗੇ ਜਾ ਕੇ ਤਾਂ ਕਿੰਨਾ ਹੋਊਗਾ ਮਤਲਬ 2-3-5 ਘੰਟੇ ਲੱਗ ਜਾਣੇ ਮੱਥਾ ਟੇਕਣ ਨੂੰ 12 ਤਾਂ ਵੱਜ ਗਏ ਨੇ ਅਲਟਰਾ ਬੰਦਾ ਹੈ ਨਾ ਇੱਕ ਬੋਲ ਦਿੰਦਾ ਜਿਵੇਂ ਇਹ ਤਾਂ ਭੀੜ ਹੀ ਬਹੁਤ ਆ ਉਹ ਕਿਤੇ ਭੱਜ ਗਏ ਆ ਜਾਓ ਤਾਂ ਭੀੜ ਵੈਸੇ ਆਪਾਂ ਨੂੰ ਹੱਸਣਾ ਇਹੋ ਜਿਹਾ ਕੁਛ ਚਾਹੀਦਾ ਨਹੀਂ ਸਾਡੇ ਉੱਪਰ ਹੁਣ ਇੱਥੇ
ਮਾਹੌਲ ਖਤਮ ਕਰੋ ਤੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰੇ ਕੋਲੇ ਸਪਿਨਰ ਲੱਗ ਗਿਆ ਤੇ ਬਸ ਹੁਣ ਜਾ ਕੇ ਮੱਥਾ ਟੇਕਦਾ ਤੇ ਹੁਣ ਸਾਨੂੰ ਕਿੰਨੀ ਕੁ ਰਸ਼ ਆ ਉਰੇ ਚਲੋ ਜੀ ਫਾਈਨਲੀ ਮੱਥਾ ਅਸੀਂ ਟੇਕ ਲਿਆ ਸਾਨੂੰ ਅਸੀਂ 2:43 ਤੇ ਵਿਹਲੇ ਹੋਏ ਦੇਖ ਲਓ 3-4 ਘੰਟੇ ਤਾਂ ਲੱਗ ਗਏ ਗਏ ਬਾਕੀ ਤੁਸੀਂ ਦੇਖ ਲਓ ਭੀੜ ਬਾਈ ਬਹੁਤ ਆ ਇੰਨੀ ਭੀੜ ਆਈ ਮਤਲਬ ਤੁਸੀਂ ਜਿੰਨਾ ਤਰੀ ਆ ਵਿੱਚ ਨੂੰ ਵੜ ਜਾਓਗੇ ਲੋਕ ਧੱਕਾ ਇੰਨਾ ਪ੍ਰੈਸ਼ਰ ਨਾ ਮਾਰਨ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਐਤਕੀ ਸਭ ਨੂੰ ਪਤਾ ਨਹੀਂ ਤੇ ਇੱਕ ਵਿੱਚ ਹੈ ਨਾ ਵਿੱਚ ਇੱਕ ਬੰਦਾ ਲੱਗਿਆ ਤੁਸੀਂ ਹੁੱਲੜਬਾਜ਼ੀ ਨਾ ਕਰੋ ਪਿੱਛੇ ਵਾਲਿਆਂ ਨੂੰ ਵੀ ਇੰਨਾ ਬੋਲ ਕੇ ਕਿਹੜਾ ਤੂੰ ਇੱਧਰ ਇਕੱਲੇ ਨੂੰ ਧੱਕਾ ਲਾ ਸਕਦੀ ਬਹੁਤ ਵਿੱਚ ਵਿੱਚ ਲੋਕ ਬੇਕਾਰ ਵੀ ਹੈਗੇ ਨੇ ਬਸ ਕੀ ਦੱਸੀਏ ਤੇ ਬਾਕੀ ਜੇ ਤੁਸੀਂ ਦੇਖੋ ਬਾਹਲੀ ਜ਼ਿਆਦਾ ਭੀੜ ਆ ਮਤਲਬ ਅੱਗੇ ਨਾਲੋਂ ਬਹੁਤ ਜ਼ਿਆਦਾ ਪਿਛਲੇ ਸਾਲ ਨਾਲੋਂ ਤਾਂ ਵੱਧ ਆ ਨਾ ਭੀੜ ਬਹੁਤ ਜ਼ਿਆਦਾ ਆ ਰਹੀਆਂ ਨੇ ਕੰਡਾ ਨੀ ਨਹੀਂ ਹੋਏ ਉਹ ਚੱਲੀ ਕਿੱਥੇ ਲੰਘੇ ਉਹ ਉਰੇ ਅਸੀਂ ਹੁਣ ਮੱਥਾ ਵੀ ਟੇਕ ਲਿਆ ਹੁਣ ਸਾਰਾ ਅਸੀਂ ਐਕਸਪਲੋਰ ਕਰਕੇ ਪਿਆ ਬਾਜ਼ਾਰ ਦਾ ਅਸੀਂ ਜਾ ਰਹੇ ਹਾਂ ਵਾਪਸੀ ਤੇ ਆਪਾਂ ਨੂੰ ਕੁਛ ਕੁ ਸਬਸਕ੍ਰਾਈਬਰ ਵੀ ਮਿਲ ਗਏ ਸੀਗੇ ਬਾ ਵੀਡੀਓ ਤਾਂ ਬਣਾਉਣੀ ਹੋਈ ਚਾਹ ਪੀਂਦਾ ਸੀ ਤੂੰ ਬਾਕੀ ਬਹੁਤ ਬਹੁਤ ਧੰਨਵਾਦ ਜਿਹੜੇ ਆਏ ਸੀਗੇ ਇੱਥੇ ਥਾਰ ਦੇਖੀ ਹਾਲੇ ਫਿਰ ਸਪੇਸਰ ਪਾਏ ਇਹਨੇ ਵਧੀਆ ਲੱਗਦਾ ਸਪੇਸਰ ਦੋ ਦੋ ਇੰਚੀ ਪਾਏ ਹੋਣਗੇ ਦੇਖਾਂ ਹਾਂ ਬਈ 2 ਇੰਚੀ ਪਾਏ ਹੋਏ ਵਧੀਆ ਲੱਗਦੀ ਆ 10,000 ਰੁਪਇਆ ਲਾਇਆ ਠੀਕ ਆ ਇਹਦੇ ਮਤਲਬ ਲਵਾ ਦਈਏ ਪਾ ਦਈਏ ਤੇ ਉਹ ਉੱਧਰ ਪ੍ਰਦੀਪ ਹੋਣੀ ਉਹਨਾਂ ਪੁਲਿਸ ਵਾਲਿਆਂ ਨੇ ਘੇਰ ਲਏ ਪਤਾ ਨਹੀਂ ਕੀ ਚੱਕਰ ਪਿਆ ਉਹਨਾਂ ਦਾ ਦੇਖਦੇ ਹਾਂ ਕੀ ਬਣਦਾ ਆ ਕੇ ਦੱਸਣਗੇ ਉਹ ਘੇਰਿਆ ਹੋਇਆ ਉਹਨਾਂ ਨੂੰ ਕਿਸੇ ਹੋਰ ਦਾ ਨਾਂ ਸ਼ਾਇਦ ਇਹਨਾਂ ਦੇ ਕੁਛ ਲੱਗ ਰਿਹਾ ਪਤਾ ਨਹੀਂ ਦੇਖਦੇ ਹਾਂ ਕੀ ਚੱਕਰ ਪਿਆ ਪਤਾ ਨਹੀਂ ਕੀ ਕਰਨ ਲੱਗਿਆ ਪਿਆ ਜਗ ਦਿੱਤੀ ਗਈ ਲਾਈਟ ਬਾਈ ਅਸੀਂ ਤਾਂ ਜਾਂਦੇ ਸੀਗੇ ਸਾਨੂੰ ਘੇਰ ਲਿਆ ਪੁਲਿਸ ਨੇ ਕਹਿੰਦੇ ਵੀ ਆਹ ਲਾਈਟ ਤੇਰੀ ਬਹੁਤ ਤਿੱਖੀ ਲੱਗੀ ਹੋਈ ਆ ਇਹਨੂੰ ਤਾਰ ਬਸ ਫਿਰ ਉਹਨਾਂ ਮੂਹਰੇ ਆਪਾਂ ਨੂੰ ਇਹ ਲਾਈਟ ਲਾਉਣੀ ਪਈ ਤਾਰਾਂ ਕੱਟਣੀਆਂ ਪਈਆਂ ਚੱਲ ਦੁਬਾਰਾ ਲੱਗ ਜਾਣੇ ਵੱਡੀ ਗੱਲ ਨਹੀਂ ਬਾਈ ਹੈਂ ਤਾਰਾਂ ਕੱਢਾ ਕਿਹੜਾ ਲਾਗ ਹੀ ਰੱਖਦੇ ਨੂੰ ਉਰੇ ਮੈਂ ਕਿਹਾ ਲੈਣ ਨਟ ਨਹੀਂ ਹੈਗੇ ਮੈਨੂੰ ਲਵੇ ਕਹਿੰਦਾ ਵੀ ਫਿਰ ਇਹਨਾਂ ਤਾਰਾਂ ਕੱਢਦੇ ਮੈਂ ਕੱਢਤੀਆਂ ਬਾਈ ਕਹਿੰਦਾ ਵੀ ਇਹ ਅੱਖਾਂ 'ਚ ਬਹੁਤ ਪੈਂਦੀਆਂ ਨਹੀਂ ਲਾਉਣੀ ਆ ਜਿੰਨੀ ਮਰਜ਼ੀ ਤਿੱਖੀ ਕਰ ਲਾ ਆਹ ਨਹੀਂ ਕਰਨੀ ਮੈਂ ਠੀਕ ਆ ਹੁਣ ਤਾਰਾਂ ਲਵਾ ਲੈਣੀ ਹੁਣ ਤਾਂ ਹਨੇਰਾ ਹੈ ਨਹੀਂ ਨਾ ਹਨੇਰੇ 'ਚ ਦੇਖ ਲਾਂਗੇ ਚਲੋ ਚੱਲੀਏ ਬਾਕੀ ਫਿਰ ਚਲੋ ਚੱਲੀਏ
ਤੇ ਸਾਡੇ ਨਾਲ ਦੇ ਬੰਦੇ ਉਹ ਆਉਂਦੇ ਨਾ ਆਉਂਦੇ ਆ ਯਾਰ ਵਿਚਾਰੀ ਲਾਈਟ ਤਾਂ ਉਹੀ ਇਹਨਾਂ ਨੇ ਲਹਾ ਦੀ ਲਾਉਣੀ ਚਾਹੁੰਦੇ ਇਸ ਤਾਂ ਮੈਂ ਲਾਉਣੀ ਹੋ ਸੀਗੀ ਇਹ ਓਏ ਨਹੀਂ ਉਹ ਵੀ ਤਾਂ ਮੈਂ ਲਾਉਣੀ ਹੋ ਸੀਗੀ ਕੁਛ ਹੋਰ ਲਾਉਣਾ ਪ੍ਰੋਜੈਕਟ ਤਕੜਾ ਢਿੱਲੀ ਪਈ ਦੀ ਉਹ ਲੈ ਵਧੀਆ ਪੁਲਿਸ ਵਾਲਿਆਂ ਦਾ ਹੱਥਾਂ ਵੀ ਢਿੱਲੀ ਆਏ ਲੈ ਚੱਲ ਇਹਨੂੰ ਮਾੜੀ ਜਿਹੀ ਫਿਰਾਲ ਲਈ ਤਾਂ ਪੀਲੀ ਲਾਈਟ ਲਾ ਲੈਂਦੇ ਹਾਂ ਲਾਈਟਾਂ ਆਪਾਂ ਦੁਬਾਰਾ ਚਲਾ ਦੀ ਇਹ ਕਰਿਆ ਕੇ ਲਾਹਾਂਗੇ ਉਹ ਵੀ ਢਿੱਲੀ ਆ ਪਰਾਲੀ ਤੇ ਬਸ ਫਿਲਹਾਲ ਇਹਨੂੰ ਕਰਿਆ ਕੇ ਲਾਹਾਂਗੇ ਕੁਛ ਹੋਰ ਲਾਉਣਾ ਥਾਂ ਤੇ ਦਿਖਾਵਾਂਗੇ ਤੁਹਾਨੂੰ ਫਿਲਹਾਲ ਚਲੋ ਚੱਲੀਏ ਘਰ ਨੂੰ ਉਹ ਡੀ ਮਾਰਟ ਖੜ ਕੇ ਸੀਗੇ ਆਪਾਂ ਉੱਥੇ ਲੰਗਰ ਤੇ ਖੜਦੇ ਹਾਂ ਹੁਣ ਤਾਂ ਅਸੀਂ ਘਰੇ ਆ ਗਏ ਸੀਗੇ ਤੇ ਮੋਟਰਸਾਈਕਲ ਘਰੇ ਖੜਾ ਤਾ ਤੇ ਹੁਣ ਅਸੀਂ ਚੱਲਾਂਗੇ ਸਾਡੇ ਪਿੰਡ ਜਿਹੜਾ ਲੰਗਰ ਚੱਲਦਾ ਉੱਥੇ ਨਾਲੇ ਲੰਗਰ ਖਾਵਾਂ ਨਾਲ ਸੇਵਕ ਰਹੇ ਹਾਂ ਹੁਣ ਅਸੀਂ ਚੱਲਾਂਗੇ ਤੁਰ ਕੇ ਮਤਲਬ ਕਿ ਔਨ ਫੁੱਟ ਚਲ ਓਏ ਹੋਰ ਕੁਛ ਛੱਡੀ ਜਾਂਦਾ ਆਪਦੀ ਬਈ ਧੁੰਦੇ ਬਹੁਤ ਆ ਵੀ ਦੇਖੋ ਵੀ ਅਸੀਂ ਲੇਟ ਹੋ ਗਏ ਸਾਨੂੰ ਇੰਨੀ ਧੁੰਦ ਮਿਲਦੀ ਸੀਗੀ ਅਤੇ ਬਾਕੀ ਹੁਣ ਹੋ ਗਿਆ ਨੈਕਸਟ ਡੇ ਕੱਲ੍ਹ ਮੈਂ ਵਲੋਗ ਐਂਡ ਕਰਨਾ ਭੁੱਲ ਗਿਆ ਸੀਗਾ ਅਤੇ ਆਪਣੇ ਉਹ ਬੁਲਟ ਜਿਹੜੀ ਲਾਈਟ ਆ ਉਹ ਮਤਲਬ ਕਿ ਉਦੋਂ ਉਹਨਾਂ ਨੇ ਕਿਹਾ ਸੀ ਲਾਹ ਦਿਉ ਪਰ ਮੈਂ ਲਾ ਹੀ ਨਹੀਂ ਸੀਗੀ ਕਿਉਂਕਿ ਚਾਬੀ ਪਾਉਣੀ ਨਹੀਂ ਸੀਗੀ ਆਪਣੇ ਕੋਲ ਨਹੀਂ ਲਾਹ ਵੀ ਦਿੰਦੇ ਅਤੇ ਫਿਰ ਉਹ ਕਹਿੰਦੇ ਵੀ ਤਾਰਾਂ ਕੱਢ ਦਿਉ ਤਾਰਾਂ ਕੱਢਤੀਆਂ ਸੀਗੀਆਂ ਅਤੇ ਹੁਣ ਪੱਜ ਨੂੰ ਲਾਹ ਦੇਣਾ ਅਤੇ ਅਗਲੇ ਵਲੋਗ ਦਿਖਾਵਾਂਗੇ ਤੁਹਾਨੂੰ ਬਾਕੀ ਸਾਰਾ ਕੁਝ ਸਹੀ ਰਿਹਾ ਕੰਮ ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਮਿਲ ਗਿਆ ਵਲੋਗ ਅਤੇ ਮਿਲਦਾ ਸਾਨੂੰ ਮੈਂ ਵਲੋਗ ਦੇ ਵਿੱਚ ਤਦ ਤੱਕ ਬਾਏ ਟਾਟਾ।